ਝੋਲੀ 'ਚ ਪਿਆ ਲੱਖਾਂ ਦਾ ਦਹੇਜ, ਪਰ ਮੁੰਡੇ ਨੇ ਸਵੀਕਾਰ ਕੀਤੇ ਸਿਰਫ 101 ਰੁਪਈਏ। ਜੀ ਹਾਂ, ਇੱਕ ਮਿਸਾਲ ਕਾਇਮ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਇੱਕ ਮੁੰਡੇ ਨੇ ਕੁੜੀ ਵੱਲੋਂ ਆਏ ਦਹੇਜ ਦੇ ਵਿੱਚੋਂ ਸਿਰਫ 101 ਰੁਪਏ ਰੱਖੇ, ਬਾਕੀ ਸਾਰਾ ਕੁੜੀ ਦੇ ਪਿਓ ਨੂੰ ਵਾਪਸ ਕਰ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮੁੰਡੇ ਦੀ ਝੋਲੀ ਦੇ ਵਿੱਚ ਕੁੱਲ 21 ਲੱਖ ਰੁਪਏ ਪਏ ਨੇ, ਅਤੇ 21 ਲੱਖ ਕੁੜੀ ਦੇ ਪਿਤਾ ਵੱਲੋਂ ਖੁਸ਼ੀ ਖੁਸ਼ੀ ਦਹੇਜ ਦਿੱਤਾ ਜਾ ਰਿਹਾ ਹੈ। ਪਰ ਇਹਨਾਂ ਮੁੰਡੇ ਵਾਲਿਆਂ ਦਾ ਕਹਿਣਾ ਹੈ ਕਿ ਇਹ ਦਹੇਜ ਦੇ ਸਖ਼ਤ ਖਿਲਾਫ਼ ਨੇ, ਜਿਸ ਕਰਕੇ ਇਹਨਾਂ ਨੇ ਕੁੜੀ ਵਾਲਿਆਂ ਦਾ ਮਾਣ ਰੱਖਣ ਦੇ ਲਈ 101 ਰੁਪਏ 21 ਲੱਖ ਦੇ ਵਿੱਚੋਂ ਕੱਢੇ ਅਤੇ ਬਾਕੀ ਕੁੜੀ ਦੇ ਪਿਤਾ ਨੂੰ ਵਾਪਸ ਕਰ ਦਿੱਤੇ। ਤਾਂ ਇਸ ਨੂੰ ਕਹਿੰਦੇ ਨੇ ਦਹੇਜ ਦੇ ਮੂੰਹ 'ਤੇ ਚਪੇੜ ਮਾਰਨਾ। ਦੱਸ ਦਈਏ ਕਿ ਪੰਚਕੁਲਾ ਦੇ ਸੈਕਟਰ 25 ਦਾ ਰਹਿਣ ਵਾਲਾ ਸਿਮੰਤ ਚੌਹਾਨ, ਜੋ ਕਿ ਰਾਜਪੂਤ ਨੇ, ਅਤੇ ਉਸਦੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਸਾਡੇ ਰਾਜਪੂਤਾਂ ਦੇ ਵਿੱਚ ਹੀ ਸਭ ਤੋਂ ਪਹਿਲਾਂ ਦਹੇਜ ਪ੍ਰਥਾ ਸ਼ੁਰੂ ਕੀਤੀ ਗਈ ਸੀ ਅਤੇ ਸਭ ਤੋਂ ਪਹਿਲਾਂ ਅਸੀਂ ਇਸ ਨੂੰ ਖਤਮ ਕਰਨਾ ਚਾਹੁੰਦੇ ਹਾਂ। ਜਿਸ ਕਰਕੇ ਉਸਦੇ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਮੁੰਡੇ ਸੀਮਤ ਚੌਹਾਨ, ਜਿਸ ਦਾ ਵਿਆਹ ਸੀ, ਅਤੇ ਵਿਆਹ ਮੌਕੇ ਉਹਨਾਂ ਨੇ ਕੁੜੀ ਵਾਲਿਆਂ ਤੋਂ 21 ਲੱਖ ਰੁਪਏ ਦੇ ਵਿੱਚੋਂ ਸਿਰਫ 101 ਰੁਪਏ ਲਏ, ਜਿਸ ਕਰਕੇ ਚਾਰੇ ਪਾਸੇ ਮੁੰਡੇ ਵਾਲਿਆਂ ਦੀ ਚਰਚਾ ਹੋ ਰਹੀ ਹੈ ਅਤੇ ਕੁੜੀ ਦੇ ਮਾਪੇ ਭਾਵੁਕ ਹੋ ਜਾਂਦੇ ਨੇ ਇਸ ਸਭ ਕੁਝ ਦੇਖਦੇ ਹੋਏ, ਕਿਉਂਕਿ ਐਸਾ ਮੁੰਡਾ ਕਰਮਾਂ ਵਾਲਿਆਂ ਨੂੰ ਹੀ ਮਿਲਦਾ ਹੈ। ਆਓ ਮੁੰਡੇ ਦੇ ਪਿਤਾ ਅਤੇ ਮੁੰਡੇ ਤੋਂ ਜਾਣਦੇ ਹਾਂ ਕਿ ਆਖਿਰਕਾਰ ਉਹਨਾਂ ਨੂੰ ਇਹ ਆਈਡੀਆ, ਇਹ ਸ਼ਿਸ਼ਟਾਚਾਰ ਮਿਲਿਆ ਕਿੱਥੋਂ? ਐਸਾ ਹੈ ਜੀ, ਦੇਖੋ ਹਮ ਰਾਜਪੂਤ ਸਮਾਜ ਸੇ ਸੰਪਰਕ ਰੱਖਤੇ ਹੈ ਔਰ ਹਮਾਰੇ ਸਭਸੇ ਪਹਿਲੀ ਪ੍ਰਥਾ ਥੀ ਇਹ ਦਹੇਜ ਕੀ, ਇਸਕੋ ਮਿਟਾਨਾ ਚਾਹਤੇ ਹੈ। ਮੇਰਾ ਲੜਕਾ ਹੈ ਨਿਊਜ਼ੀਲੈਂਡ ਮੇ ਪੀਆਰ ਹੈ, ਹਮਨੇ ਬਿਨਾ ਦਹੇਜ ਕੇ ਸ਼ਾਦੀ ਕਾ ਪਹਿਲੇ ਹੀ ਪ੍ਰੋਮਿਸ ਕੀਆ ਥਾ ਔਰ ਵਹੀ ਹਮਨੇ ਪ੍ਰਥਾ ਨਿਭਾਈ। ਹਮ ਸਭੀ ਭਾਈਚਾਰੇ ਕੋ ਇਹ ਚਾਹਤੇ ਹੈ ਵੀ ਹਰ ਗਰੀਬ ਘਰ ਕੀ ਹੋ ਲੜਕੀ, ਅਮੀਰ ਕੀ ਹੋ, ਕਿਸੀ ਕੀ ਵੀ ਹੋ, ਲੇਕਿਨ ਕਿਸੀ ਕੇ ਪਾਸ ਸੇ ਆਪਣਾ ਖਾਣਾ ਪੀਣਾ ਬੜੀ ਆਪਣਾ ਕਰਵਾਓ, ਸੰਪਰਕ ਕਰੋ, ਆਪਣੇ ਸਮਾਜ ਕੋ ਸੁਧਾਰੋ ਔਰ ਦਹੇਜ ਪ੍ਰਥਾ ਕੋ ਇਸ ਕੋ ਛੋਡੋ, ਇਹ ਨਾਸ਼ ਕਾ ਵਿਨਾਸ਼ ਕਾ ਸਭ ਕੁਛ ਕਾਰਨ ਹੈ। ਬਹੁਤ ਬੜੀਆ ਜੀ, ਬਹੁਤ ਬੜੀਆ ਚੋਇਸ, ਬਹੁਤ ਬੜੀਆ ਚੋਇਸ। ਝੋਲੀ 'ਚ ਪਿਆ ਲੱਖਾਂ ਦਾ ਦਹੇਜ, ਪਰ ਮੁੰਡੇ ਨੇ ਸਵੀਕਾਰ ਕੀਤੇ ਸਿਰਫ 101 ਰੁਪਈਏ। ਜੀ ਹਾਂ, ਇੱਕ ਮਿਸਾਲ ਕਾਇਮ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਇੱਕ ਮੁੰਡੇ ਨੇ ਕੁੜੀ ਵੱਲੋਂ ਆਏ ਦਹੇਜ ਦੇ ਵਿੱਚੋਂ ਸਿਰਫ 101 ਰੁਪਏ ਰੱਖੇ, ਬਾਕੀ ਸਾਰਾ ਕੁੜੀ ਦੇ ਪਿਓ ਨੂੰ ਵਾਪਸ ਕਰ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮੁੰਡੇ ਦੀ ਝੋਲੀ ਦੇ ਵਿੱਚ ਕੁੱਲ 21 ਲੱਖ ਰੁਪਏ ਪਏ ਨੇ, ਅਤੇ 21 ਲੱਖ ਕੁੜੀ ਦੇ ਪਿਤਾ ਵੱਲੋਂ ਖੁਸ਼ੀ ਖੁਸ਼ੀ ਦਹੇਜ ਦਿੱਤਾ ਜਾ ਰਿਹਾ ਹੈ। ਪਰ ਇਹਨਾਂ ਮੁੰਡੇ ਵਾਲਿਆਂ ਦਾ ਕਹਿਣਾ ਹੈ ਕਿ ਇਹ ਦਹੇਜ ਦੇ ਸਖ਼ਤ ਖਿਲਾਫ਼ ਨੇ, ਜਿਸ ਕਰਕੇ ਇਹਨਾਂ ਨੇ ਕੁੜੀ ਵਾਲਿਆਂ ਦਾ ਮਾਣ ਰੱਖਣ ਦੇ ਲਈ 101 ਰੁਪਏ 21 ਲੱਖ ਦੇ ਵਿੱਚੋਂ ਕੱਢੇ ਅਤੇ ਬਾਕੀ ਕੁੜੀ ਦੇ ਪਿਤਾ ਨੂੰ ਵਾਪਸ ਕਰ ਦਿੱਤੇ। ਤਾਂ ਇਸ ਨੂੰ ਕਹਿੰਦੇ ਨੇ ਦਹੇਜ ਦੇ ਮੂੰਹ 'ਤੇ ਚਪੇੜ ਮਾਰਨਾ। ਦੱਸ ਦਈਏ ਕਿ ਪੰਚਕੁਲਾ ਦੇ ਸੈਕਟਰ 25 ਦਾ ਰਹਿਣ ਵਾਲਾ ਸਿਮੰਤ ਚੌਹਾਨ, ਜੋ ਕਿ ਰਾਜਪੂਤ ਨੇ, ਅਤੇ ਉਸਦੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਸਾਡੇ ਰਾਜਪੂਤਾਂ ਦੇ ਵਿੱਚ ਹੀ ਸਭ ਤੋਂ ਪਹਿਲਾਂ ਦਹੇਜ ਪ੍ਰਥਾ ਸ਼ੁਰੂ ਕੀਤੀ ਗਈ ਸੀ ਅਤੇ ਸਭ ਤੋਂ ਪਹਿਲਾਂ ਅਸੀਂ ਇਸ ਨੂੰ ਖਤਮ ਕਰਨਾ ਚਾਹੁੰਦੇ ਹਾਂ। ਜਿਸ ਕਰਕੇ ਉਸਦੇ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਮੁੰਡੇ ਸੀਮਤ ਚੌਹਾਨ, ਜਿਸ ਦਾ ਵਿਆਹ ਸੀ, ਅਤੇ ਵਿਆਹ ਮੌਕੇ ਉਹਨਾਂ ਨੇ ਕੁੜੀ ਵਾਲਿਆਂ ਤੋਂ 21 ਲੱਖ ਰੁਪਏ ਦੇ ਵਿੱਚੋਂ ਸਿਰਫ 101 ਰੁਪਏ ਲਏ, ਜਿਸ ਕਰਕੇ ਚਾਰੇ ਪਾਸੇ ਮੁੰਡੇ ਵਾਲਿਆਂ ਦੀ ਚਰਚਾ ਹੋ ਰਹੀ ਹੈ ਅਤੇ ਕੁੜੀ ਦੇ ਮਾਪੇ
ਭਾਵੁਕ ਹੋ ਜਾਂਦੇ ਨੇ ਇਸ ਸਭ ਕੁਝ ਦੇਖਦੇ ਹੋਏ, ਕਿਉਂਕਿ ਐਸਾ ਮੁੰਡਾ ਕਰਮਾਂ ਵਾਲਿਆਂ ਨੂੰ ਹੀ ਮਿਲਦਾ ਹੈ। ਆਓ ਮੁੰਡੇ ਦੇ ਪਿਤਾ ਅਤੇ ਮੁੰਡੇ ਤੋਂ ਜਾਣਦੇ ਹਾਂ ਕਿ ਆਖਿਰਕਾਰ ਉਹਨਾਂ ਨੂੰ ਇਹ ਆਈਡੀਆ, ਇਹ ਸ਼ਿਸ਼ਟਾਚਾਰ ਮਿਲਿਆ ਕਿੱਥੋਂ। ਐਸਾ ਹੈ ਜੀ, ਦੇਖੋ ਹਮ ਰਾਜਪੂਤ ਸਮਾਜ ਸੇ ਸੰਪਰਕ ਰੱਖਤੇ ਹੈ ਔਰ ਹਮਾਰੇ ਸਭਸੇ ਪਹਿਲੀ ਪ੍ਰਥਾ ਥੀ ਇਹ ਦਹੇਜ ਕੀ, ਇਸਕੋ ਮਿਟਾਣਾ ਚਾਹਤੇ ਹੈ। ਮੇਰਾ ਲੜਕਾ ਹੈ ਨਿਊਜ਼ੀਲੈਂਡ ਮੇ ਪੀਆਰ ਹੈ, ਹਮਨੇ ਬਿਨਾ ਦਹੇਜ ਕੇ ਸ਼ਾਦੀ ਕਾ ਪਹਿਲੇ ਹੀ ਪ੍ਰੋਮਿਸ ਕੀਆ ਥਾ ਔਰ ਵਹੀ ਹਮਨੇ ਪ੍ਰਥਾ ਨਿਭਾਈ। ਹਮ ਸਭੀ ਭਾਈਚਾਰੇ ਕੋ ਇਹ ਚਾਹਤੇ ਹੈ ਵੀ ਹਰ ਗਰੀਬ ਘਰ ਕੀ ਹੋ ਲੜਕੀ, ਅਮੀਰ ਕੀ ਹੋ, ਕਿਸੀ ਕੀ ਵੀ ਹੋ, ਲੇਕਿਨ ਕਿਸੀ ਕੇ ਪਾਸ ਸੇ ਆਪਣਾ ਖਾਣਾ ਪੀਣਾ ਬੜੀਆ ਆਪਣਾ ਕਰਵਾਓ, ਸੰਪਰਕ ਕਰੋ, ਆਪਣੇ ਸਮਾਜ ਕੋ ਸੁਧਾਰੋ ਔਰ ਦਹੇਜ ਪ੍ਰਥਾ ਕੋ ਇਸਕੋ ਛੋਡੋ, ਇਹ ਨਾਸ਼ ਕਾ ਵਿਨਾਸ਼ ਕਾ ਸਭ ਕੁਛ ਕਾਰਨ ਹੈ। ਬਹੁਤ ਬੜੀਆ ਜੀ, ਬਹੁਤ ਬੜੀਆ ਚੋਇਸ, ਬਹੁਤ ਬੜੀਆ ਚੋਇਸ।